ਭਾਈ ਰਣਜੀਤ ਸਿੰਘ ਢੱਡੀਆਂਵਾਲੇ ਦਾ ਟੀਵੀ ਚੈਨਲਾਂ 'ਤੇ ਬਹਿਸ ਲਈ ਦੂਜਿਆਂ ਨੂੰ ਲਲਕਾਰਨਾ ਇੱਕ ਬਚਕਾਨਾ ਹਰਕਤ ਹੈ। ਉਸਦਾ ਮਾਮਲਾ ਕਿਸੇ ਜਥੇਬੰਦੀ ਜਾਂ ਵਿਅਕਤੀ ਨਾਲ ਨਿੱਜੀ ਨਹੀਂ ਰਿਹਾ, ਸਗੋਂ ਪੰਥਕ ਰੂਪ ਲੈ ਚੁੱਕਿਆ। ਇਸ ਕਾਰਨ ਇਸ ਮਾਮਲੇ ਨੂੰ ਸਿਰਫ ਅਤੇ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹੀ ਰਵਾਇਤੀ ਤਰੀਕੇ ਨਾਲ ਵਿਚਾਰਿਆ ਅਤੇ ਸੁਲਝਾਇਆ ਜਾ ਸਕਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪ੍ਰੋਫੈਸਰ ਸੁਚਾਨ ਸਿੰਘ ਨੇ ਕਿਹਾ ਕਿ ਇਸ ਵਿਅਕਤੀ ਢੱਡੀਆਂਵਾਲੇ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਨਤਕ ਡਿਬੇਟ ਲਈ ਲਲਕਾਰੇ ਜਾਂ ਕੋਈ ਚੈਲੰਜ ਕਰੇ। ਢੱਡੀਆਂਵਾਲੇ ਪ੍ਰਤੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਿਕਾਇਤ ਹੋਈ ਹੈ, ਜਿਸ ਕਾਰਨ ਉਹ ਇਸ ਵਕਤ ਇੱਕ ਮੁਲਜ਼ਮ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਕਿਸੇ ਜੱਜ ਭਾਵ ਜਥੇਦਾਰ ਨੂੰ ਵਿਚਾਰ ਕਰਨ ਲਈ ਬੁਲਾਵੇ। ਹਾਂ, ਉਹ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਗਠਿਤ 5 ਮੈਂਬਰੀ ਕਮੇਟੀ ਨਾਲ ਵਿਚਾਰ ਕਰ ਸਕਦਾ ਹੈ ਅਤੇ ਆਪਣੀ ਸਫਾਈ ਜਾਂ ਪੱਖ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਰੱਖ ਸਕਦਾ ਹੈ। ਉਹਨਾਂ ਕਿਹਾ ਕਿ ਸਿੱਖ ਧਰਮ ਦੀ ਸਥਾਪਿਤ ਪਰੰਪਰਾ, ਗੁਰਮਤ ਸਿਧਾਂਤ, ਵਿਚਾਰਧਾਰਾ, ਗੁਰ ਇਤਿਹਾਸ, ਗੁਰ ਅਸਥਾਨ ਅਤੇ ਸੰਸਥਾਵਾਂ ਪ੍ਰਤੀ ਸ਼ੰਕਾਵਾਦੀ ਨਜ਼ਰੀਏ ਕਾਰਨ ਪੰਥ ਤੋਂ ਅਲੱਗ ਥਲੱਗ ਪੈ ਚੁੱਕੇ ਰਣਜੀਤ ਸਿੰਘ ਢੱਡੀਆਂਵਾਲੇ ਦੀ ਹਾਲ ਹੀ ਵਿੱਚ ਜਾਰੀ ਵੀਡੀਓ ਪੂਰੀ ਤਰ੍ਹਾਂ ਗੁੰਮਰਾਹ ਕਰਨ ਅਤੇ ਗੈਰ ਮਿਆਰੀ ਹੈ। ਆਪਣੇ ਆਪ ਨੂੰ ਪੀੜਿਤ ਦੱਸਦਿਆਂ ਲੋਕਾਂ ਤੋਂ ਹਮਦਰਦੀ ਬਟੋਰਨ ਦੀ ਨਾਕਾਮ ਕੋਸ਼ਿਸ਼ ਹੈ। ਮਿਸ਼ਨਰੀ ਸਾਥੀਆਂ ਵੱਲੋਂ ਸਾਥ ਛੱਡ ਜਾਣ ਕਾਰਨ ਨਿਰਾਸ਼ਾ ਅਤੇ ਬਿਮਾਰ ਮਾਨਸਿਕਤਾ ਦੀ ਉਪਜ ਹੈ, ਜੋ ਕਿ ਨਿਰਾਸ਼ਾ ਅਤੇ ਬੁਖਲਾਹਟ ਵਿੱਚ ਦੂਜਿਆਂ ਪ੍ਰਤੀ ਭੜਾਸ ਕੱਢਣ ਤੋਂ ਸਿਵਾ ਕੁਝ ਵੀ ਨਹੀਂ। ਉਹਨਾਂ ਟੀਵੀ ਚੈਨਲਾਂ 'ਤੇ ਡਿਬੇਟ ਕਰਨ ਵਾਲੇ ਅਤੇ ਉਸਦਾ ਪੱਖ ਪੂਰਨ ਵਾਲੇ ਵਿਦਵਾਨਾਂ ਨਿਕੰਮੇ ਬੰਦੇ ਕਹਿ ਕੇ ਤੌਹੀਨ ਕਰ ਰਿਹਾ, ਪਰ ਗੁਰੂ ਨਿੰਦਕ ਨੇਕੀ ਨਿਊਜ਼ੀਲੈਂਡ ਇਸ ਦੇ ਲਈ ਇੱਕ ਵਧੀਆ ਬੰਦਾ ਹੈ। 2011 ਦੇ ਦੌਰਾਨ ਉਸ ਨਾਲ ਮੁਲਾਕਾਤ ਦੇ ਬਾਰੇ ਉਹ ਆਪ ਖੁਦ ਹੀ ਖੁਲਾਸਾ ਕਰ ਚੁੱਕਿਆ। ਪ੍ਰੋਫੈਸਰ ਸਰਚਾਨ ਸਿੰਘ ਨੇ ਕਿਹਾ ਕਿ ਗੁਰਸਥਾਨਾਂ 'ਤੇ ਸਤਿਕਾਰ ਦੀ ਗੱਲ ਕਰਨ ਵਾਲੇ ਨੂੰ ਇਹ ਵੀ ਯਾਦ ਨਹੀਂ ਹੋਣਾ ਕਿ ਉਹ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਲਈ ਆਖਰੀ ਵਾਰ ਕਦੋਂ ਗਿਆ ਸੀ। ਉਸ ਦੇ ਆਫੀਸ਼ੀਅਲ ਬੁਲਾਰੇ ਵੱਲੋਂ ਇੱਕ ਟੀਵੀ ਡਿਬੇਟ ਦੇ ਦੌਰਾਨ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਹਿਜ ਬਿਲਡਿੰਗ ਕਹਿਣ ਤੋਂ ਗੁਰੂਸਥਾਨਾਂ ਪ੍ਰਤੀ ਉਸਦੇ ਨਜ਼ਰੀਏ ਬਾਰੇ ਕੋਈ ਭੁਲੇਖਾ ਨਹੀਂ ਰਹਿ ਜਾਂਦਾ। ਲੋਕਾਂ ਨੂੰ ਹੱਥੀਂ ਕਿਰਤ ਕਰਨ ਦਾ ਉਪਦੇਸ਼ ਦੇਣ ਵਾਲੇ ਨੂੰ ਆਪਣੀ ਗੱਡੀ ਦੀ ਬਾਰੀ ਵੀ ਕੋਈ ਹੋਰ ਖੋਲ੍ਹ ਕੇ ਦੇਵੇ ਅਤੇ ਗੱਡੀ ਵਿੱਚ ਬੈਠਣ ਸਮੇਂ ਪੈਰਾਂ ਹੇਠ ਤੌਲੀਆ ਵਿਛਾਉਣ ਵਾਲੇ ਨੂੰ ਕੋਈ ਪੁੱਛੇ ਪੁਜਾਰੀਵਾਦ ਕਿਸ ਬਲਾ ਦਾ ਨਾਮ ਹੈ, ਐਸ਼ ਪ੍ਰਸਤੀ ਹੋਰ ਕਿਵੇਂ ਕੀਤੀ ਜਾਂਦੀ ਹੈ, ਗੁਰੂ ਡੰਮ ਦੇ ਹੋਰ ਕੀ ਅਰਥ ਨੇ, ਗੋਲਕ ਦਾ ਤਨ ਖਾਣ ਵਾਲੇ ਪੁਜਾਰੀ ਹੈ ਤਾਂ ਢੱਡੀਆਂ ਵਾਲਾ ਕਿੱਥੇ ਹਲ ਚਲਾਉਂਦਾ ਇਹ ਦੱਸੇ। ਕਹਿੰਦਾ, ਚੜਾਵੇ ਦਾ 10ਵਾਂ ਹਿੱਸਾ ਆਪਣੇ ਖਰਚੇ ਲਈ ਰੱਖਦਾ ਹਾਂ ਅਤੇ ਬਾਕੀ ਸੰਗਤ ਦੇ ਕੰਮ ਲਈ ਖਰਚ ਕਰਦਾ ਹਾਂ। ਕਮਾਲ ਹੈ, ਇੱਕ ਵੱਡੀ ਰਕਮ ਆਪਣੇ 'ਤੇ ਖਰਚ ਕਰਕੇ ਵੀ ਢੱਡੀਆਂ ਵਾਲਾ ਆਪਣੇ ਆਪ ਨੂੰ ਪੁਜਾਰੀ ਨਹੀਂ ਕਹਾਉਂਦਾ। ਆਪਣੇ ਨਾਮ ਕੋਈ ਪ੍ਰਾਪਰਟੀ ਨਾ ਹੋਣ ਪ੍ਰਤੀ ਝੂਠ ਦਾ ਪਰਦਾ ਪਹਿਲਾਂ ਹੀ ਫਾਸ ਹੋ ਚੁੱਕਿਆ, ਪਰ ਅੱਜ ਤੱਕ ਵੀ ਉਹ 2 ਕਿੱਲੇ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਿਉਂ ਨਹੀਂ ਲਗਵਾਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ 30 ਕਿੱਲੇ ਜ਼ਮੀਨ ਲਗਾਉਣ ਦਾ ਦਾਅਵਾ ਕਰਨ ਵਾਲਾ ਕੀ ਫਰਦਾਂ ਪੇਸ਼ ਕਰਨ ਵਿੱਚ ਖੇਚਲ ਕਰੇਗਾ? ਸਾਧਾ ਸੰਤਾਂ ਨੂੰ ਛੱਡ ਕੇ ਮਿਸ਼ਨਰੀ ਜਮਾਤ ਨਾਲ ਜੋਟੀਆਂ ਪਾਉਣ ਦੇ ਬਾਵਜੂਦ ਉਹ ਵੀ ਇਸ ਦਾ ਸਾਥ ਛੱਡ ਚੁੱਕੇ ਨੇ, ਤਾਂ ਇਸ ਵਰਤਾਰੇ ਪ੍ਰਤੀ ਢੱਡੀਆਂ ਵਾਲੇ ਨੂੰ ਅੰਤਰ ਝਾਤ ਮਾਰਨੀ ਚਾਹੀਦੀ ਹੈ। ਅਖੀਰ ਵਿੱਚ ਪ੍ਰੋਫੈਸਰ ਸਰਚਾਨ ਸਿੰਘ ਨੇ ਕਿਹਾ ਕਿ ਢੱਡੀਆਂ ਵਾਲੇ ਨੂੰ ਇਸ ਵਕਤ ਕਿਸੇ ਵੀ ਟੀਵੀ ਚੈਨਲਾਂ 'ਤੇ ਡਿਬੇਟ ਲਈ ਵੰਗਾਰਨ ਤੋਂ ਪਹਿਲਾਂ ਮਾਮਲੇ ਦੇ ਹੱਲ ਲਈ ਇਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਕਰਨੀ ਚਾਹੀਦੀ ਹੈ, ਉਪਰੰਤ ਕਿਸੇ ਨਾਲ ਵੀ ਡਿਬੇਟ ਕਰ ਲਵੇ। ਚੈਨਲਾਂ 'ਤੇ ਡਿਬੇਟ ਰਾਹੀਂ ਇਸ ਮਾਮਲੇ ਦਾ ਹੱਲ ਨਹੀਂ ਕੱਢਿਆ ਜਾ ਸਕਦਾ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।